ਦੇਖੋ ਜੀ, ਸਾਡੀ ਜਿਹੜੀ ਅਪੀਲ ਰਹੂਗੀ, ਸਾਡੀ ਅਪੀਲ ਹਮੇਸ਼ਾ ਦੇ ਰਹੀ ਹੈ ਜੀ ਅਕਾਲੀ ਦਲ ਲਈ। ਅਕਾਲੀ ਦਲ ਸਾਡੇ ਲਈ ਇੱਕ ਜਿਹੜੀ ਘਰ ਦੀ ਔਰ ਬੱਚਿਆਂ ਦੀ ਮਾਂ ਹੁੰਦੀ ਹੈ ਨਾ, ਉਸ ਤਰ੍ਹਾਂ ਦੀ ਸਾਡੀ ਅਕਾਲੀ ਦਲ ਪਾਰਟੀ ਹੈ। ਅਸੀਂ ਇਸ ਪਾਰਟੀ ਨੂੰ ਹਮੇਸ਼ਾ ਲਈ ਉੱਪਰ ਲਈ ਲੈ ਕੇ ਜਾਣਾ ਹੈ। ਠੀਕ ਹੈ ਜੀ, ਆਉਣ ਵਾਲੇ ਟਾਈਮ ਦੇ ਵਿੱਚ 1 ਜੂਨ ਨੂੰ ਅਸੀਂ ਸਾਰੇ ਭਰਾਵਾਂ ਨੇ, ਸਾਰੇ ਭੈਣਾਂ ਨੇ ਮੇਰੀਆਂ ਨੇ, ਸਾਰੇ ਨੇ ਬਜ਼ੁਰਗਾਂ ਨੇ, 1 ਜੂਨ ਨੂੰ ਤੱਕੜੀ ਦੇ ਮੋਹਰ ਲਾ ਕੇ ਅਸੀਂ ਇਹਨਾਂ ਨੂੰ ਜੇਤੂ ਕਰਾਉਣਾ ਹੈ ਔਰ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਅਸੀਂ ਲੈ ਕੇ ਜਾਣਾ ਹੈ। ਇਹ ਅਸੀਂ ਕਸਮ ਖਾਂਦੇ ਹਾਂ, ਸਾਰੇ ਮੇਰੇ ਭੈਣ ਭਰਾ ਨੂੰ ਚਾਹੀਦਾ ਹੈ ਕਿ ਇਸ ਚੋਣਾਂ ਦੇ ਵਿੱਚ ਅਸੀਂ ਰਣਜੀਤ ਸਿੰਘ ਢਿੱਲੋਂ ਜੀ ਨੂੰ ਪਾਰਲੀਮੈਂਟ ਲੈ ਕੇ ਜਾਣਾ ਹੈ। ਸਾਰਿਆਂ ਨੂੰ ਮੈਂ ਫਿਰ ਸੱਦਾ ਹੀ ਦਿੰਦਾ ਵੀ ਸਾਰਿਆਂ ਨੂੰ ਰਲ ਮਿਲ ਕੇ ਇੱਕਜੁੱਟ ਹੋ ਕੇ ਰਣਜੀਤ ਸਿੰਘ ਢਿੱਲੋਂ ਦੀ ਚੋਣ 'ਤੇ ਅਸੀਂ ਤਕੜੀ ਦੇ ਮੋਹਰ ਲਗਾਈਏ। ਢਿੱਲੋਂ ਸਾਹਿਬ ਤੋਂ ਸਾਨੂੰ ਬਹੁਤ ਉਮੀਦ ਹੈ ਜੀ, ਸਾਨੂੰ ਪਤਾ ਹੈ ਢਿੱਲੋਂ ਸਾਹਿਬ ਸਾਫ਼ ਸੁਥਰੇ ਇਨਸਾਨ ਨੇ, ਠੀਕ ਹੈ, ਬੇਦਾਗ ਨੇ, ਇਹਨਾਂ ਨੂੰ ਕੋਈ ਚੀਜ਼ ਦਾ ਲਾਲਚ ਨਹੀਂ ਹੈ, ਬਿਲਕੁਲ ਵੀ ਕੋਈ ਲਾਲਚ ਨਹੀਂ ਹੈ ਜੀ। ਅਸੀਂ ਇਹ ਵਾਅਦਾ ਕਰਦੇ ਹਾਂ ਢਿੱਲੋਂ ਸਾਹਿਬ ਨਾਲ, ਢਿੱਲੋਂ ਸਾਹਿਬ ਅਸੀਂ ਤੁਹਾਡੇ ਪਿੱਛੇ ਹਾਂ, ਤੁਸੀਂ ਅੱਗੇ ਵਧੋ, ਅਸੀਂ ਤੁਹਾਡੇ ਮਗਰ ਹੈ, ਤੁਸੀਂ ਅੱਗੇ ਵਧੋ, ਤੁਹਾਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ, ਪੂਰੀ ਜਾਨ ਲਗਾ ਦਾਂਗੇ। ਠੀਕ ਹੈ ਜੀ, ਸਾਡੇ ਕੋਲ ਯੰਗ ਪੂਰਾ ਪੂਰਾ ਸਾਡੇ ਨਾਲ ਚੱਲਦਾ ਹੈ। ਠੀਕ ਹੈ ਜੀ, ਅਸੀਂ ਹਰ ਤਰ੍ਹਾਂ ਦੀ ਢਿੱਲੋਂ ਸਾਹਿਬ ਦੀ ਮਦਦ ਕਰਾਂਗੇ, ਢਿੱਲੋਂ ਸਾਹਿਬ ਨੂੰ ਅਸੀਂ ਪਾਰਲੀਮੈਂਟ 'ਚ ਪਹੁੰਚਾ ਕੇ ਰੱਖਾਂਗੇ। ਹਾਂਜੀ ਹਾਂਜੀ, ਬੜੀ ਲੀਡ ਦੇਖੋ, ਮੈਂ ਤੁਹਾਨੂੰ ਹੁਣ ਕਹਿ ਨਹੀਂ ਸਕਦਾ ਜੀ, ਯਾਨੀ ਉਹ ਲੀਡ ਹਜੇ ਬਣੀ ਨਹੀਂ ਜੀ ਜਿਸ ਲੀਡ ਨਾਲੋਂ ਸਾਡੇ ਢਿੱਲੋਂ ਸਾਹਿਬ ਜਿੱਤਣਗੇ। ਸਾਡੇ ਜਿੰਨੇ ਵੀ ਭੈਣ ਭਰਾ ਹੈ, ਮੈਂ ਫਿਰ ਤੁਹਾਨੂੰ ਕਹਿ ਰਿਹਾ, ਮੇਰੇ ਭੈਣ ਭਰਾਓ, ਮੇਰੇ ਬਜ਼ੁਰਗੋ, ਜਿਹੜੀ ਸਾਡੀ ਪਾਰਟੀ ਹੈ ਅਕਾਲੀ ਦਲ ਪਾਰਟੀ ਹੈ, ਅਸੀਂ ਇਹਨੂੰ ਜੇਤੂ ਕਰਾਰ ਦੇਣਾ ਹੈ। ਠੀਕ ਹੈ ਜੀ, ਅਸੀਂ ਫਿਰ ਤੁਹਾਨੂੰ ਇਹੀ ਰਿਕੁਐਸਟ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬਈ ਸਾਰੇ ਮੇਰੇ ਭਰਾ 46 ਨੰਬਰ ਵਾਰਡ ਦੇ ਸਪੈਸ਼ਲ, ਮੈਂ ਉਹਨਾਂ ਲਈ ਬੇਨਤੀ ਕਰ ਰਿਹਾ ਬਈ ਜੋ ਵੀ ਤੁਹਾਡੇ ਵਾਰਡ ਦੇ ਵਿੱਚ ਉੱਕਾ ਨਿੱਕੀ ਕੰਮ ਹੋਣ ਵਾਲੇ ਨੇ ਜਾਂ ਕੋਈ ਦਿੱਕਤਾਂ ਆ ਰਹੀਆਂ ਨੇ, ਢਿੱਲੋਂ ਸਾਹਿਬ ਦੇ ਆਉਣ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ। ਇਹ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਹਾਂ, ਵਾਅਦਾ ਇਸ ਲਈ ਕਰਦਾ ਹਾਂ ਕਿਉਂਕਿ ਮੈਨੂੰ ਢਿੱਲੋਂ ਸਾਹਿਬ 'ਤੇ ਯਕੀਨ ਹੈ ਔਰ ਹਮੇਸ਼ਾ ਯਕੀਨ ਬਣਦਾ ਰਹੇਗਾ। ਜਿਹੜੀ ਹੁਣ ਜਿਹੜੀ ਪਾਰਟੀਆਂ ਚੱਲ ਰਹੀਆਂ ਨੇ ਉਹ ਤੁਹਾਨੂੰ ਪਤਾ ਹੀ ਆ ਕਿੱਦਾਂ ਦੀ ਪਾਰਟੀਆਂ ਚੱਲ ਰਹੀਆਂ ਨੇ, ਕਿਸੇ ਦੇ ਘਰ ਰਾਸ਼ਨ ਨਹੀਂ ਹੈਗਾ, ਕਿਸੇ ਦੇ ਰਸਤਿਆਂ 'ਚ ਲੁੱਟਖੋ ਹੋ ਰਹੀ ਹੈ, ਨਸ਼ਾ ਪੂਰਾ ਦੱਬ ਕੇ ਚੱਲ ਰਿਹਾ। ਠੀਕ ਹੈ ਜੀ, ਪੁਲਿਸ ਪ੍ਰਸ਼ਾਸਨ ਕਿਸੇ ਦੀ ਸੁਣਦਾ ਨਹੀਂ ਹੈ। ਠੀਕ ਹੈ ਜੀ, ਗਰੀਬ ਇੰਨਾ ਪਰੇਸ਼ਾਨ ਹੋ ਗਿਆ, ਲਾਈਟ ਜਦੋਂ ਦੇਖਦੇ ਆ ਉਦੋਂ ਬੰਦ ਹੋ ਜਾਂਦੀ ਹੈ। ਠੀਕ ਹੈ ਜੀ, ਸਿਰਫ ਮੈਂ ਫਿਰ ਇਹੀ ਗੱਲ ਕਹਿੰਦਾ ਜੀ ਹਰ ਮੇਰੇ ਵੀਰ ਨੂੰ, ਭੈਣ ਨੂੰ, ਭਰਾਵਾਂ ਨੂੰ, ਬਈ ਸਾਰੇ ਇੱਕਜੁੱਟ ਹੋ ਕੇ ਢਿੱਲੋਂ ਸਾਹਿਬ ਨੂੰ ਜੇਤੂ ਕਰਾਰ ਦਿਓ ਔਰ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ, ਜੈ ਭੀਮ, ਜੈ ਭਾਰਤ। ਕਿ ਜਿਹੜੇ 4 ਕੈਂਡੀਡੇਟ ਇਲੈਕਸ਼ਨ ਲੜ ਰਹੇ ਆ ਉਹਨਾਂ ਦੇ ਵਿੱਚੋਂ 2 ਕੈਂਡੀਡੇਟ ਬਾਹਰੋਂ ਆ, ਇੱਕ ਤਾਂ ਆਹੀ ਰਵਨੀਤ ਸਿੰਘ ਬਿੱਟੂ ਜਿਹੜਾ ਟਪੂਸੀ ਮਾਰ ਕੇ ਭਾਜਪਾ ਦੇ ਵਿੱਚ ਚਲਾ ਗਿਆ ਤੇ ਹੁਣ ਭਾਜਪਾ ਤੋਂ ਐਮ ਪੀ ਬਣਨ ਨੂੰ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੇਰੇ ਸਾਹਮਣੇ ਨੌਜਵਾਨ ਵੀਰ ਬੈਠੇ ਆ, ਮੈਂ ਸਿਰਫ ਅਸੀਂ